ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੈਂਟ ਜਲੰਧਰ ਦੀ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੌਰਾਨ ਇੱਕ ਬਿਨਾਂ ਨੰਬਰ ਪਲੇਟ ਗੱਡੀ ਦੀ ਚੈਕਿੰਗ ਕੀਤੀ ਤਾਂ ਕਾਰ ਵਿੱਚੋਂ ਦੋ ਵੱਖ ਵੱਖ ਕਿਸਮ ਦੀਆਂ ਨੰਬਰ ਪਲੇਟਾਂ ਬਰਾਮਦ ਹੋਈਆਂ। ਪੁਲਿਸ ਦੀ ਜਾਣਕਾਰੀ ਮੁਤਾਬਕ ਜਦੋਂ ਉਹਨਾਂ ਸ਼ੱਕੀ ਵਿਅਕਤੀ ਮੱਖਣ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਉਸਨੇ ਆਪਣੀ ਦੋਸਤ ਅਮਨ, ਉਸਦੀ ਸਹੇਲੀ ਪ੍ਰੀਤ ਅਤੇ ਆਪਣੇ ਇੱਕ ਹੋਰ ਸਾਥੀ ਜੱਸੀ ਨਾਲ ਮਿਲ ਕੇ ਕਾਰ ਖੋਹਣ ਸੰਬੰਧੀ ਯੋਜਨਾ ਬਣਾਈ ਸੀ, ਜਿਨ੍ਹਾਂ ਨੇ ਹੁਸ਼ਿਆਰਪੁਰ ਤੋਂ ਪਿੰਡ ਭਾਖੜਿਆਣਾ ਲਈ ਟੈਕਸੀ ਹਾਇਰ ਕੀਤੀ ਸੀ ਤਾਂ ਜਦੋਂ ਕਾਰ ਤੱਲਣ ਰੋਡ ਵਾਲੀ ਨਹਿਰ 'ਤੇ ਪਹੁੰਚੀ ਤਾਂ ਮੱਖਣ ਅਤੇ ਉਸਦੇ ਸਾਥੀਆਂ ਨੇ ਕਾਰ ਡਰਾਈਵਰ ਦੇ ਗਲ ਵਿੱਚ ਪਰਨਾ ਪਾ ਕੇ ਉਸਦਾ ਗਲਾ ਘੋਟ ਦਿੱਤਾ, ਜਿਸ ਤੋਂ ਬਾਅਦ ਉਹ ਉਸਦਾ ਮੋਬਾਈਲ ਫੋਨ ਅਤੇ ਕਾਰ ਖੋਹ ਕੇ ਫਰਾਰ ਹੋ ਗਏ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਕਾਰ ਦੋਸ਼ੀਆਂ ਨੇ ਧੋਬੀ ਕਾਰਡ ਕੈਂਟ ਵਿਖੇ ਨੰਬਰ ਪਲੇਟਾਂ ਉਤਾਰ ਕੇ ਅਤੇ ਜਾਲੀ ਨੰਬਰ ਪਲੇਟ ਤਿਆਰ ਕਰਕੇ ਗੱਡੀ ਖੜੀ ਕਰ ਦਿੱਤੀ, ਜੋ ਇਹ ਕਾਰ ਉਹਨਾਂ ਨੇ ਕੁਝ ਦਿਨ ਬਾਅਦ ਜਾਲੀ ਦਸਤਾਵੇਜ਼ ਤਿਆਰ ਕਰਕੇ ਅੱਗੇ ਵੇਚਣੀ ਸੀ। ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੱਖਣ ਸਿੰਘ ਦੇ ਸਾਥੀਆਂ ਦੇ ਟਿਕਾਣਿਆਂ 'ਤੇ ਰੇਡ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਕੱਲ੍ਹ ਸਾਡੇ ਕੈਂਟ ਏਰੀਏ ਦੇ ਵਿੱਚ ਇੱਕ ਅਬੰਡਨ ਗੱਡੀ ਮਿਲੀ ਸੀਗੀ, ਇੰਡੀਗੋ ਕਾਰ, ਕਰੀਮ ਕਲਰ ਦੀ। ਸਾਡੇ ਥਾਣੇ ਦੇ ਜਿਹੜੇ ਐਨ ਜੀ ਓ ਸੀਗੇ ਉਹ ਇਲਾਕੇ ਦੇ ਵਿੱਚ ਗਸ਼ਤ ਵਗੈਰਾ ਕਰ ਰਹੇ, ਉੱਥੇ ਉਹਨਾਂ ਨੂੰ ਅਬੰਡਨ ਗੱਡੀ ਮਿਲੀ। ਜਦੋਂ ਉਹਨਾਂ ਨੇ ਉਹਦੀ ਸਰਚ ਕੀਤੀ, ਦੌਰਾਨੇ ਸਰਚ ਜਿਹੜੀਆਂ ਦੋ ਉਹਦੀਆਂ ਜਿਹੜੀਆਂ ਨੇਮ ਪਲੇਟਾਂ ਉਹ ਗੱਡੀ 'ਚੋਂ ਮਿਲ ਗਈਆਂ, ਫਿਰ ਸਾਨੂੰ ਹੋਰ ਸ਼ੱਕ ਹੋਇਆ ਵੀ ਇਹ ਗੱਡੀ ਕੋਈ ਸਬਜੈਕਟਿਵ ਵੈਰੀਫਿਕੇਸ਼ਨ ਹੈ ਕਿ ਉਹ ਥੋੜ੍ਹਾ ਸੀਰੀਅਸ ਕੇਸ ਹੈ। ਫਿਰ ਇਹਦੇ ਨਾਲ ਅਸੀਂ ਜਿਹੜੇ ਸਾਡੀ ਸੀ ਆਈ ਦੀ ਪਾਰਟੀ ਜੁਆਇਨ ਕੀਤੀ ਕਰਕੇ ਇਹਨਾਂ ਨੇ ਜੁਆਇੰਟ ਇਹਨੂੰ ਵੈਰੀਫਾਈ ਕੀਤਾ। ਫੋਰੈਂਸਿਕ ਟੀਮ ਆਈ ਸਾਡੀ ਜਿਹੜੀ ਆਪਣੇ ਕਮਿਸ਼ਨਰੇਟ ਦੀ ਆ, ਉਹ ਕਰਕੇ ਆਪਾਂ ਇੱਥੇ ਤੱਕ ਪਹੁੰਚ ਤਸਦੀਕ ਕਰ ਲਿਆ ਵੀ ਇਹ ਗੱਡੀ ਵਾਕਈ ਚੋਰੀ ਦੀ ਹੈ, ਕਿਤੇ ਕ੍ਰਾਈਮ ਦੇ ਵਿੱਚ ਪਹਿਲਾਂ ਵਰਤੀ ਗਈ ਹੈ ਜਾਂ ਕਿਤੇ ਖੋਹ ਕੇ ਇਹ ਕਿਤੇ ਜਾ ਰਹੇ ਸੀਗੇ। ਫਿਰ ਉੱਥੇ ਥੋੜ੍ਹਾ ਜਿਹਾ ਡਿਸਕ੍ਰੀਟ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਦੌਰਾਨ ਸਾਨੂੰ ਥੋੜ੍ਹਾ ਡਾਊਟ ਹੋਇਆ ਇੱਕ ਮੱਖਣ ਨਾਂ ਦੇ ਬੰਦੇ 'ਤੇ ਵੀ ਇਹ ਬੰਦਾ ਜਿਹੜਾ ਵੀ ਇਹ ਕ੍ਰਾਈਮ ਕਰ ਸਕਦਾ। ਮੱਖਣ ਨੂੰ ਅਸੀਂ ਇਮੀਡੀਏਟਲੀ ਉੱਥੋਂ ਅਰੈਸਟ ਕਰ ਲਿਆ। ਅਰੈਸਟ ਕਰਕੇ ਜਦੋਂ ਆਪਾਂ ਇਹ ਤੋਂ ਪੁੱਛ ਪੜਤਾਲ ਕੀਤੀ ਤਾਂ ਵਾਕਈ ਇਹਨੇ ਆਪਣਾ ਜਿਹੜਾ ਇਹ ਕਨਫੈਸ ਕੀਤਾ ਵੀ ਇਹ ਗੱਡੀ ਜਿਹੜੀ ਇਹਨਾਂ ਨੇ 5 ਤਰੀਕ ਨੂੰ ਜਿਹੜੀ ਪਤਾਰੇ ਥਾਣੇ ਤੋਂ ਜਿਹੜੀ ਖੋਈ ਸੀਗੀ ਤੱਲਣ ਨਹਿਰ ਦੇ ਉੱਤੇ। ਇਹ ਗੱਡੀ ਦਾ ਬੈਕਗਰਾਉਂਡ ਐਵੇਂ ਹੈ ਕਿ ਇਹਨਾਂ ਨੇ 5 ਤਰੀਕ ਨੂੰ ਹੀ ਨਾਲ ਇਹਨਾਂ ਦੇ ਦੋ ਲੇਡੀ ਸੀਗੀਆਂ, ਇੱਕ ਪ੍ਰੀਤ ਅਤੇ ਇੱਕ ਜੱਸੀ, ਇੱਕ ਪ੍ਰੀਤ ਅਤੇ ਇੱਕ ਅਮਨ, ਇਹ ਦੋ ਲੇਡੀ ਇੱਕ ਜੱਸੀ ਹੈ, ਨਾਲ ਇਹ ਦੋ ਬੰਦੇ ਸੀਗੇ ਮੱਖਣ, ਜੱਸੀ, ਪ੍ਰੀਤ ਅਤੇ ਅਮਨ। ਇਹ ਚਾਰਾਂ ਨੇ ਹੁਸ਼ਿਆਰਪੁਰ ਤੋਂ ਜਿਹੜੀ ਇਹ ਗੱਡੀ ਹਾਇਰ ਕੀਤੀ ਸੀਗੀ ਭਾਖੜੀਆਂ ਨੇ ਵਾਸਤੇ। ਰਸਤੇ ਵਿੱਚ ਆਉਂਦਿਆਂ ਸਾਰ ਇਹਨਾਂ ਨੇ ਫਿਰ ਜਦੋਂ ਤੱਲਣ ਰੋਡ ਨੂੰ ਰੋਡ ਗੱਡੀ ਪਾਈ ਉੱਥੇ ਇਹਨਾਂ ਨੇ ਗੱਡੀ ਰੁਕਾਈ ਬਹਾਨਾ ਮਾਰ ਕੇ। ਉਹਦੇ ਬਾਅਦ ਇਹਨਾਂ ਨੇ ਡਰਾਈਵਰ ਦੇ ਗਲ ਦੇ ਵਿੱਚ ਸਾਫਾ ਪਾ ਕੇ ਅਤੇ ਉਹਨੂੰ ਡਰਾ ਕੇ ਅਤੇ ਉਹਦਾ ਮੋਬਾਈਲ ਪਲੱਸ ਗੱਡੀ ਲੈ ਕੇ ਭੱਜ ਗਏ। ਇਹ ਬਾਅਦ ਦੇ ਵਿੱਚ ਫਿਰ ਗੱਡੀ ਇੱਥੇ ਇਹ ਛੱਡ ਗਏ ਇੱਕ ਦੋ ਦਿਨ ਬਾਅਦ। ਸਰ ਇਹ ਕਿੰਨੇ ਲੋਕ ਸੀ ਜਿਨ੍ਹਾਂ ਨੇ ਗੱਡੀ ਖੋਈ ਹੈਗੀ? ਇਹ 4 ਜਣੇ ਸੀਗੇ, ਇਹ ਮੱਖਣ ਦੇ ਨਾਲ ਇੱਕ ਜੱਸੀ ਸੀ, ਦੋ ਲੇਡੀ ਸੀ। ਸਰ ਇਹ ਮੱਖਣ ਕੌਣ ਹੈਗਾ, ਕੀ ਕਰਦਾ? ਮੱਖਣ ਇਹ ਕੈਂਟ ਬੋਰਡ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ, ਇਹ ਮੈਰਿਡ ਹੈ, 2 ਬੱਚੇ 3 ਬੱਚੇ ਆ ਇਹਦੇ। ਅਤੇ ਇਸ ਤਰ੍ਹਾਂ ਕਰਕੇ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ ਹੋਰ ਵੀ ਇਹਦੀ ਕ੍ਰਾਈਮ ਪ੍ਰੋਫਾਈਲ ਅਸੀਂ ਕਰ ਰਹੇ ਹਾਂ, ਵੈਰੀਫਾਈ ਕਰ ਰਹੇ ਹਾਂ ਵੀ ਇਹਨੇ ਹੋਰ ਕਿੱਥੇ ਕਿੱਥੇ ਕ੍ਰਾਈਮ ਕੀਤੇ, ਪਲੱਸ ਜਿਹੜੇ ਦੂਜੇ ਅਬਸਕਾਉਂਡਿੰਗ ਨੇ ਉਹਨਾਂ ਨੂੰ ਅਸੀਂ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।